ਯਹੁੰਨਾ ਦੀ ਦੂਜੀ ਪਤਰੀ ਲਿਖਤਮ ਕਲੀਸੀਆ ਦਾ ਬਜ਼ੁਰਗ ਅੱਗੇ ਜੋਗ ਚੁਣੀ ਹੋਈ ਸਵਾਨੀ ਨੂੰ ਅਤੇ ਉਹਦੇ ਬਾਲਕਾਂ ਨੂੰ ਜਿਨ੍ਹਾਂ ਨਾਲ ਮੈਂ ਸੱਚੀ ਮੁੱਚੀ ਉਸ ਸਚਾਈ ਦੇ ਕਾਰਨ ਪ੍ਰੇਮ ਕਰਦਾ ਹਾਂ ਅਤੇ ਨਿਹਰਾ ਮੈਂ ਹੀ ਨਹੀਂ ਸਗ ਉਹ ਵੀ ਸਭੇ ਪ੍ਰੇਮ ਕਰਦੇ ਹਨ ਜਿਨ੍ਹਾਂ ਸਚਾਈ ਨੂੰ ਜਾਣਿਆ ਹੈ ਇਹ ਉਸ ਸਚਾਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ ਪਿਤਾ ਪਰਮੇਸ਼ਰ ਦੇ ਵੱਲੋਂ ਅਤੇ ਪਿਤਾ ਦੇ ਪੁੱਤਰ ਯਿਸੂ ਮਸੀਹ ਦੀ ਵੱਲੋਂ ਸਚਾਈ ਅਤੇ ਪ੍ਰੇਮ ਸਣੇ ਕਿਰਪਾ ਦਇਆ ਅਤੇ ਸ਼ਾਂਤੀ ਸਾਡੇ ਅੰਗ ਸੰਗ ਰਹੇਗੀ। ਮੈਂ ਡਾਡਾ ਆਨੰਦ ਹੋਇਆ ਜਦ ਮੈਂ ਤੇਰੇ ਬਾਲਕ ਬੱਚੋ ਕਈਆਂ ਨੂੰ ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ ਸਚਾਈ ਉੱਤੇ ਚੱਲਦੇ ਵੇਖਿਆ। ਅਤੇ ਹੁਣ हे ਸੁਆਣੀਏ ਮੈਂ ਤੈਨੂੰ ਜਾਣੀਦਾ ਕੋਈ ਨਵਾਂ ਹੁਕਮ ਨਹੀਂ ਸਗੋ ਉਹ ਜਿਹੜਾ ਮੁੰਡੋ ਸਾਨੂੰ ਮਿਲਿਆ ਹੋਇਆ ਹੈ ਲਿਖ ਕੇ ਤੇਰਾ ਕਿ ਬੇਨਤੀ ਕਰਦਾ ਹਾਂ ਜੋ ਅਸੀਂ ਆਪੋ ਵਿੱਚ ਹੀ ਪ੍ਰੇਮ ਰੱਖੀਏ ਅਤੇ ਪ੍ਰੇਮ ਇਹ ਹੈ ਪਿਆਸੀ ਉਹਦੇ ਹੁਕਮ ਦੇ ਅਨੁਸਾਰ ਚੱਲੀਏ ਹੁਕਮ ਇਹ ਹੈ ਜਿਵੇਂ ਤੁਸਾਂ ਮੁੱਢੋਂ ਸੁਣਿਆ ਜੋ ਤੁਸੀਂ ਉਸ ਉੱਤੇ ਚੱਲੋ ਕਿਉਂਕਿ ਬਾਹਲੇ ਛਲਿਏ ਸੰਸਾਰ ਵਿੱਚ ਨਿਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇ ਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ ਇਹ ਉਹ ਛਲੇੜਾ ਅਤੇ ਮਸੀਹ ਦਾ ਵਿਰੋਧੀ ਹੈ ਚੌਕਸ ਰਹੋ ਪਉ ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ ਸਗੋ ਪੂਰਾ ਫਲ ਪ੍ਰਾਪਤ ਕਰੋ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ਰ ਉਹਦੇ ਕੋਲ ਨਹੀਂ ਹੈ ਜਿਹੜਾ ਉਹ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲੈਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ ਨਾ ਉਸ ਦੀ ਸੁੱਖ ਮਨਾਓ ਕਿਉਂਕਿ ਜਿਹੜਾ ਉਸ ਦੀ ਸੁੱਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਚਾਇਆ ਜੋ ਕਾਗਤ ਅਤੇ ਸਈ ਨਾਲ ਲਿਖਾਂ ਪਰ ਮੈਨੂੰ ਆਸ ਹੈ ਕੋਈ ਤੁਹਾਡੇ ਕੋਲ ਆਵਾਂ ਅਤੇ ਰੋਬਰੂ ਗੱਲਾ ਕਰਾਂ ਕੋਈ ਤੁਹਾਡਾ ਆਨੰਦ ਪੂਰਾ ਹੋਵੇ ਤੇਰੀ ਚੁਣੀ ਹੋਈ ਪੈਣ ਦੇ ਬਾਲਕ ਤੇਰੀ ਸੁਖ ਸੰਤ ਪੁੱਛਦੇ ਹਨ